ਸਸਕਲ ਜੀ ਸੋਸ਼ਲ ਨੈਟਵਰਕ ਦੇ ਮਾਧਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਡਾਇਰੈਕਟ ਮੀਟ ਦਾ ਸੁਨੇਹਾ 12 ਤਰੀਕ ਦਿਨ ਮੰਗਲਵਾਰ ਮੋਹਾਲੀ ਆਫਿਸ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਦਿਨ ਨੋਟ ਕਰ ਲਓ ਜੀ ਮੰਗਲਵਾਰ ਤਰੀਕ ਨੋਟ ਕਰ ਲਓ 12 ਫਰਵਰੀ ਮੋਹਾਲੀ ਆਫਿਸ ਮੋਹਾਲੀ ਆਫਿਸ ਦਾ ਆਪਣਾ ਐਡਰੈਸ ਹੈ ਜੀ 3B2 ਮੋਹਾਲੀ ਮੇਨ ਮਾਰਕੀਟ ਆ ਜੀ ਮੋਹਾਲੀ ਦੀ ਸਭ ਤੋਂ ਮੇਨ ਮਾਰਕੀਟ ਜਿਹਨੂੰ ਆਪਾਂ ਕਹਿ ਲਈਏ 3B2 ਮੋਹਾਲੀ ਕਟਾਣੀ সুইਟਸ ਦੇ ਬਿਲਕੁਲ ਨਾਲ ਯੈਸ ਬੈਂਕ ਦੇ ਉੱਪਰ ਸਵੇਰੇ 10 ਵਜੇ ਬੈਠੂਗਾ 1 ਵਜੇ ਤੱਕ ਉੱਥੇ ਹੀ ਰਹੂਗਾ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਚਾਹੇ ਓਪਨ ਵਰਕ ਪਰਮਿਟ ਵਾਲੇ ਸਟੂਡੈਂਟ ਆ ਸਟੂਡੈਂਟ ਵੀਜ਼ਾ ਵਾਲੇ ਕੈਂਡੀਡੇਟਸ ਆ ਜਾਂ ਤੁਸੀਂ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਆ ਕੇ ਮਿਲ ਸਕਦੇ ਹੋ ਹਰ ਵਾਰ ਇੱਕ ਬੇਨਤੀ ਕਰਦਾ ਹੁਣਾ ਤੁਹਾਨੂੰ ਸਭ ਨੂੰ ਕਿ ਜਦੋਂ ਵੀ ਮਿਲਣ ਆਉਣਾ ਤਾਂ ਪਲੀਜ਼ ਆਪਦੇ ਜਿਹੜੇ ਅਕੈਡੈਮਿਕ ਡਾਕੂਮੈਂਟਸ ਆ ਜਾਂ ਆਪਦੇ ਕੇਸ ਨਾਲ ਸੰਬੰਧਿਤ ਜਿਹੜੇ ਵੀ ਤੁਹਾਡੇ ਦਸਤਾਵੇਜ਼ ਹੁੰਦੇ ਆ ਉਹ ਜ਼ਰੂਰ ਨਾਲ ਲੈ ਕੇ ਆਇਆ ਕਰੋ ਖਾਸ ਕਰਕੇ ਓਪਨ ਵਰਕ ਵਰਕ ਫਾਰਮੈਟ ਵਾਲੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੇ ਲਈ ਇੱਕ ਮੇਰੀ ਬੇਨਤੀ ਆ ਕਿ ਆਪਦੇ ਸਪਾਊਸ ਦੀ ਜਿਹੜੀ ਐਕਿਊਰੇਟ ਇਨਫੋਰਮੇਸ਼ਨ ਪਲੀਜ਼ ਨਾਲ ਲੈ ਕੇ ਆਇਆ ਕਰੋ ਬੜਾ ਮੁਸ਼ਕਲ ਹੋ ਜਾਂਦਾ ਉਹ ਤੋਂ ਬਿਨਾ ਤੁਹਾਨੂੰ ਕੁਝ ਵੀ ਅੱਗੇ ਰਾਹ ਪਾਉਣਾ ਐਂਡ ਫਿਰ ਦੱਸ ਦੇਣਾ ਚਾਹੁੰਨਾ ਕਿ 12 ਤਰੀਕ 12 ਫਰਵਰੀ ਦਿਨ ਮੰਗਲਵਾਰ ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ ਦੇ 1:00 ਵਜੇ ਤੱਕ ਮੋਹਾਲੀ ਆਫਿਸ ਬੈਠੂਗਾ 3B2 ਮੋਹਾਲੀ ਕਟਾਣੀ ਸੂਟਸ ਦੇ ਬਿਲਕੁਲ ਨਾਲ ਯੈਸ ਬੈਂਕ ਦੇ ਉੱਪਰ ਅਗਲੀ ਗੱਲ ਪਿਛਲੇ 2 ਦਿਨ ਪਹਿਲਾਂ ਮੈਂ ਲਾਈਵ ਹੋਇਆ ਸੀਗਾ ਵਿਆਹ ਵਾਲੇ ਕੇਸਿਸ ਨੂੰ ਲੈ ਕੇ ਜਿਹੜੇ ਵਿਆਹ ਨਾਲ ਸੰਬੰਧਿਤ ਸੌਰੀ ਜਿਨ੍ਹਾਂ ਨੇ ਓਪਨ ਵਰਕ ਪਮਟ ਸਪਲਾਈ ਕਰਦੇ ਆ ਐਂਡ ਓਪਨ ਵਰਕ ਪਮਟ ਵਾਲੇ ਸਟੂਡੈਂਟ ਜਿਹੜੇ ਮੈਰਿਡ ਹੁੰਦੇ ਨੇ ਉਹਨਾਂ ਨੂੰ ਕਾਫੀ ਪ੍ਰੋਬਲਮਸ ਆਉਂਦੀਆਂ ਨੇ ਮੈਰਿਜ ਰਜਿਸਟ੍ਰੇਸ਼ਨਸ ਨੂੰ ਲੈ ਕੇ ਉਹਨਾਂ ਉਸ ਵਿਸ਼ੇ ਤੇ ਗੱਲ ਕਰ ਰਿਹਾ ਸੀ ਜਦੋਂ ਤਾਂ ਇੱਕ ਵਿੱਚ ਮੈਸੇਜ ਮੇਰੇ ਕਿਸੇ ਵੀਰ ਨੇ ਡ੍ਰੌਪ ਕੀਤਾ ਸੀ ਕਿ ਜਿਹੜੀਆਂ ਕੁੜੀਆਂ ਵਿਆਹ ਕਰਾ ਕੇ ਉਧਰ ਜਾ ਕੇ ਧੋਖਾ ਦੇ ਜਾਂਦੀਆਂ ਨੇ ਉਹਨਾਂ ਬਾਰੇ ਤੁਸੀਂ ਕਦੇ ਨਹੀਂ ਬੋਲੇ ਕੋਈ ਉਸ ਵੀਰ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਸੀ ਉਸੇ ਚੀਜ਼ ਨੂੰ ਲੈ ਕੇ ਐਂਡ ਕਿਸੇ ਫਰੀਦਕੋਟ ਦੇ ਜਾਂ ਫਰੋਜ਼ਪੁਰ ਏਰੀਆ ਦੇ ਕਿਸੇ ਪਿੰਡ ਦੇ ਕਿਸੇ ਨੌਜਵਾਨ ਦੇ ਨਾਲ ਇਹੀ ਹਾਥਸਾ ਵਾਪਰਿਆ ਸੀ ਤੇ ਮੈਂ ਇਹ ਗੱਲ ਦੱਸ ਦੇਣੀ ਚਾਹੁੰਦਾ ਕਿ ਉਹ ਇੱਕ ਵੀਡੀਓ ਸੀ ਅਪਰੋਕਸੀਮੇਟਲੀ ਵੀਕ ਦੇ ਵਿੱਚ 2 ਤੋਂ 3 ਲੋਕਾਂ ਨੂੰ ਮੈਂ ਮਿਲਦਾ ਜਿਹੜੇ ਏਸੇ ਹਾਥਸੇ ਦੇ ਸ਼ਿਕਾਰ ਹੁੰਦੇ ਨੇ ਜਿਨ੍ਹਾਂ ਦਾ ਵਿਆਹ ਹੁੰਦਾ ਵਿਆਹ ਤੋਂ ਬਾਅਦ ਉਹ ਪੈਸਾ ਖਰਚਦੇ ਨੇ ਸਟੂਡੈਂਟ ਵੀਜ਼ਾ ਤੇ ਕੈਂਡੀਡੇਟ ਜਾਂਦਾ ਪਰ ਉੱਥੇ ਜਾ ਕੇ ਜਦੋਂ ਉਹਨਾਂ ਦੀ ਅੱਗੇ ਪ੍ਰੋਸੈਸ ਜੋ ਕਰਨਾ ਹੁੰਦਾ ਓਪਨ ਵਰਕ ਪਰਮਿਟ ਦਾ ਜਾਂ ਕਿਸੇ ਵੀ ਅ ਕੀ ਇਸ ਨੂੰ ਲੈ ਕੇ ਜਾ ਕੇ ਜੋ ਵੀ ਉਹਨਾਂ ਦੀਆਂ ਪਲਾਨਿੰਗਸ ਹੁੰਦੀਆਂ ਨੇ ਤਾਂ ਉਹ ਨਹੀਂ ਕੀਤਾ ਜਾਂਦਾ ਤਰੀਕੇ ਦੇ ਨਾਲ ਹਰ ਕਿਸੇ ਨੂੰ ਸਮਝਾਤਾ ਨਹੀਂ ਸਕਦਾ ਮੈਂ ਨਾ ਹੀ ਸ਼ਾਇਦ ਮੇਰਾ ਹੀ ਮੈਸੇਜ ਜਿਨੇ ਚਲੋ ਮੈਂ ਸਿਰਫ ਇਹ ਕਹਿ ਸਕਦਾ ਕਿ ਜੁਨ ਜਿਹੜੇ ਜਿਹੜੇ ਵੀ ਵੀਰ ਭੈਣਾ ਬੱਚੇ ਸੁਣ ਉਹ ਇਸ ਚੀਜ਼ ਤੇ ਗੌਰ ਫਰਮਾਉਣ ਕਿ ਜੇ ਤੱਕ ਕੌਂਟਰੈਕਟ ਮੈਰੇਜਸ ਨਹੀਂ ਜਿਹੜੇ ਲੋਕ ਕੌਂਟਰੈਕਟ ਕਰਦੇ ਨੇ ਵਿਆਹ ਦੇ ਵਿੱਚ ਜਿਨ੍ਹਾਂ ਦੇ ਲਈ ਵਿਆਹ ਦਾ ਕੌਂਟਰੈਕਟ ਆ ਬਾਹਰ ਨਿਕਲਣ ਦਾ ਤਰੀਕਾ ਆ ਉਹਨਾਂ ਦੇ ਲਈ ਇਹ ਮੈਸੇਜ ਨਹੀਂ ਆ ਕਿਉਂਕਿ ਜਿਹਦਾ ਬੇਸ ਹੀ ਜਿਹੜੀ ਰਿਲੇਸ਼ਨਸ਼ਿਪ ਦਾ ਬੇਸ ਜਿਹਦਾ ਰਿਲੇਸ਼ਨਸ਼ਿਪ ਆ ਸਭ ਤੋਂ ਇੰਪੋਰਟੈਂਟ ਰਿਲੇਸ਼ਨਸ਼ਿਪ ਆ ਤੁਹਾਡੀ ਲਾਈਫ ਦਾ ਵਾਇਗਰੂ ਦੀ ਕਚਹਿਰੀ ਦੇ ਵਿੱਚ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਰਜਿਸਟ੍ਰੇਸ਼ਨ ਹੁੰਦੀ ਹੈ ਇਸ ਰਿਸ਼ਤੇ ਦੀ ਜਿਹੜੀ ਤਹਿਸੀਲਦਾਰ ਦੇ ਮੂਹਰੇ ਜ ਰਜਿਸਟ੍ਰੇਸ਼ਨ ਆ ਉਹ ਤਾਂ ਇੱਕ ਦੁਨਿਆਵੀ ਗੱਲ ਆ ਵਾਇਗਰੂ ਦੀ ਕਚਹਿਰੀ ਦੇ ਵਿੱਚ ਇੱਕੋ ਇੱਕ ਰਿਸ਼ਤਾ ਇੱਕ ਰਿਸ਼ਤਾ ਜਿਹੜਾ ਰਜਿਸਟਰਡ ਹੁੰਦਾ ਅਰਦਾਸ ਹੁੰਦੀ ਹੈ ਰਜਿਸਟ੍ਰੇਸ਼ਨ ਕਰਵਾਈ ਜਾਂਦੀ ਆ ਅਸੀਂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਰਿਲੇਸ਼ਨ ਦੇ ਵਿੱਚ ਆਉਂਦੇ ਆ ਤੇ ਜਦੋਂ ਉਸ ਰਿਲੇਸ਼ਨ ਨੂੰ ਅਸੀਂ ਇੱਕ ਕੌਂਟਰੈਕਟ ਬਣਾ ਲੈਂਦੇ ਆ ਉਹਦੇ ਬਾਰੇ ਤਾਂ ਮੈਂ ਉਹਨਾਂ ਲੋਕਾਂ ਬਾਰੇ ਤਾਂ ਕੁਝ ਨਹੀਂ ਬੋਲੂੰਗਾ ਕਿਉਂਕਿ ਉਹ ਆਪ ਵੀ ਪਾਪਾਂ ਦੇ ਭਾਗੀਦਾਰ ਆ ਤਾਂ ਮੈਂ ਇਹੀ ਕਹੂੰਗਾ ਕਿ ਉਹ ਗਲਤ ਆ ਚੀਜ਼ ਇਹ ਸਹੀ ਨਹੀਂ ਹੈ ਮੈਂ ਜੇ ਉਹ ਕੁੜੀ ਵੀ ਛੱਡ ਜਾਂਦੀ ਆ ਬਾਹਰ ਜਾ ਕੇ ਜਾਂ ਕੁੜੀ ਵੀ ਧੋਖਾ ਦੇ ਜਾਂਦੀ ਆ ਤਾਂ ਉਹ ਧੋਖਾ ਡਿਜ਼ਰਵ ਵੀ ਕਰਦੇ ਆ ਪਰ ਜਿਹੜੇ ਬੱਚਿਆਂ ਦੀ ਮੈਰਿਜ ਰੀਅਲ ਹੁੰਦੀ ਆ ਜਿਹੜਾ ਵਿਆਹ ਵਿਆਹ ਵਾਸਤੇ ਹੁੰਦਾ ਜਿਹਦਾ ਵਿਆਹ ਦਾ ਮੁੱਖ ਉਦੇਸ਼ ਵਿਆਹ ਹੁੰਦਾ ਰਿਲੇਸ਼ਨਸ਼ਿਪ ਹੁੰਦਾ ਜੇ ਉਹ ਬੱਚੇ ਵੀ ਉਧਰ ਜਾ ਕੇ ਇਹੋ ਜਿਹਾ ਕੁਝ ਕਰਦੇ ਨੇ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਦੂਸਰੀ ਸਜਾਵਾਂ ਤਾਂ ਚਲੋ ਦੁਨੀਆਂ ਵੀ ਜਿਹੜੀਆਂ ਨੇ ਉਹ ਤਾਂ ਇੱਕ ਲੈਵਲ ਤੱਕ ਅ ਕੰਟਰੋਲ ਕੀਤੀਆਂ ਜਾ ਸਕਦੀਆਂ ਨੇ ਪਰ ਅੰਤ ਤੇ ਐਂਡ ਐਂਡ ਆਫ ਦਿ ਡੇ ਐਂਡ ਆਫ ਦਿ ਲਾਈਫ ਆਪਾਂ ਇੱਕ ਜਗ੍ਹਾ ਤੇ ਜਾ ਕੇ ਜਵਾਬਦੇ ਹੋਵਾਂਗੇ ਵਾਹਿਗੁਰੂ ਨੂੰ ਉਦੋਂ ਫਿਰ ਕਾਫੀ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਪਰ ਚਲੋ ਉਹ ਇੱਕ ਜਿਹੜੀ ਸਪਿਰਚੁਅਲ ਗੱਲਾਂ ਨੂੰ ਛੱਡ ਕੇ ਮੈਂ ਉਸ ਵੀਰ ਦੀ ਜਿਹੜੀ ਮੇਰੇ ਤੋਂ ਇਨਫੋਰਮੇਸ਼ਨ ਪੁੱਛਦਾ ਸੀ ਉਹ ਇਹ ਸੀ ਕਿ ਮੈਨੂੰ ਦੱਸਿਆ ਜਾਵੇ ਕਿ ਉਹਨਾਂ ਦਾ ਕੀ ਹੋ ਸਕਦਾ ਮੈਂ ਇੱਕ ਫਾਈਨਲ ਗੱਲ ਤੁਹਾਨੂੰ ਦੱਸਣੀ ਚਾਹੁੰਨਾ ਉਹਨਾਂ ਬੱਚਿਆਂ ਨੂੰ ਇਹ ਦੱਸਣੀ ਚਾਹੁੰਨਾ ਜਿਹੜੇ ਇਹ ਚੀਜ਼ ਕਰ ਰਹੇ ਨੇ ਦੇਖੋ ਹਜੇ ਤੁਸੀਂ ਸਟੂਡੈਂਟ ਤੇ ਹੋ ਸਟੂਡੈਂਟ ਤੋਂ ਬਾਅਦ ਤੁਸੀਂ ਵਰਕ ਪਰਮਿਟ ਤੇ ਜਾਓਗੇ ਵਰਕ ਪਰਮਿਟ ਤੋਂ ਬਾਅਦ ਤੁਸੀਂ ਪਰਮਨੈਂਟ ਰੈਜ਼ਿਡੈਂਸੀ ਪਾਓਗੇ ਪਰਮਨੈਂਟ ਰੈਜ਼ਿਡੈਂਸੀ ਜਦੋਂ ਪੈਂਦੀ ਆ ਇੱਕ ਚੀਜ਼ ਨੂੰ ਧਿਆਨ 'ਚ ਰੱਖਣਾ ਆ ਕਿ ਪਰਮਨੈਂਟ ਰੈਜ਼ਿਡੈਂਸੀ ਪਾਉਣ ਦੇ ਲਈ ਤੁਹਾਨੂੰ ਪੁਲਿਸ ਕਲੀਅਰੈਂਸ ਦੀ ਲੋੜ ਪੈਂਦੀ ਆ ਤੇ ਪੁਲਿਸ ਕਲੀਅਰੈਂਸ ਉਸ ਹਰ ਮੁਲਕ ਤੋਂ ਚਾਹੀਦੀ ਹੁੰਦੀ ਆ ਪਿਛਲੇ 10 ਸਾਲਾਂ ਦੇ ਦੌਰਾਨ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਜੇ 6 ਮਹੀਨੇ ਤੋਂ ਵੱਧ ਸਟੇ ਕੀਤਾ ਤਾਂ ਤੁਹਾਨੂੰ ਉੱਥੋਂ ਦੀ ਪੀਸੀਸੀ ਲੋੜੀਂਦੀ ਆ ਕੈਨੇਡੀਅਨ ਗਵਰਨਮੈਂਟ ਤੁਹਾਡੇ ਤੋਂ ਉਹ ਸਪੀਸੀਸੀ ਨੂੰ ਮੰਗੂਗੀ ਸਮਝੋ ਧਿਆਨ ਦੇ ਨਾਲ ਪਿਛਲੇ 10 ਸਾਲਾਂ ਦੇ ਦੌਰਾਨ ਤੁਸੀਂ ਜਿਹੜੀ ਜਿਹੜੀ ਕੰਟਰੀ ਦੇ ਵਿੱਚ 6 ਮਹੀਨੇ ਤੋਂ ਵੱਧ ਸਟੇ ਕੀਤਾ ਉੱਥੋਂ ਦੀ ਤੁਹਾਨੂੰ PCC ਚਾਹੀਦੀ ਹੋਊਗੀ ਜੇ ਜਦੋਂ ਤੁਸੀਂ ਕਿਸੇ ਨਾਲ ਇਧਰ ਇਹੋ ਜਾਂ ਕੁਝ ਕਰਕੇ ਜਾਉਂਗੇ ਜਾਂ ਉੱਧਰ ਪਹੁੰਚ ਕੇ ਜਦੋਂ ਤੁਸੀਂ ਕਿਸੇ ਨੂੰ ਧੋਖਾ ਦਿਓਗੇ ਜੇ ਉਹ ਤੁਹਾਨੂੰ ਤੁਹਾਡੇ ਤੇ 420 ਦਾ ਜਾਂ ਕਿਸੇ ਵੀ ਤਰੀਕੇ ਦਾ ਮੈਰਿਜ ਫਰਾਡ ਦਾ ਇਧਰ ਕੇਸ ਦਰਜ ਕਰਵਾ ਦਿੰਦਾ ਆ ਤੁਹਾਡਾ ਨਾਮ ਵਿੱਚ ਆ ਜਾਂਦਾ ਤੁਹਾਡੇ ਤੇ ਕੇਸ ਚੱਲਦਾ ਕੱਲੂ ਤੁਸੀਂ PCC ਲਈ ਅਪਲਾਈ ਕਰੋਗੇ PCC ਕਲੀਅਰ ਨਹੀਂ ਹੋਊਗੀ ਤਾਂ ਤੁਹਾਡੇ ਲਈ ਵੀ ਇੱਕ ਬੜੀ ਵੱਡੀ ਪ੍ਰੋਬਲਮ ਬਣ ਕੇ ਪੀ ਸ਼ਾਉਣੀਆਂ ਅੱਗੇ ਜਦੋਂ ਤੁਸੀਂ ਪਰਮਨੈਂਟ ਰੈਜ਼ਿਡੈਂਸੀ ਪਾਉਣੀਆਂ ਕਿਉਂਕਿ ਤੁਸੀਂ ਉੱਥੇ ਗਏ ਹੋ ਪੀਆਰ ਕੇਸ ਦੇ ਲਈ ਸੌਰੀ ਪੀਆਰ ਹੋਣ ਦੇ ਲਈ ਪਰਮਨੈਂਟ ਸੈਟਲ ਹੋਣ ਦੇ ਲਈ ਪੜਨ ਲਈ ਤਾਂ ਅਸੀਂ ਸਿਰਫ ਜਾਂਦੇ ਨਹੀਂ ਅਸੀਂ ਉੱਥੇ ਜਾ ਕੇ ਪਰਮਨੈਂਟ ਸੈਟਲ ਹੋਣਾ ਚਾਹੁੰਦੇ ਆ ਜਿਹੜੀ ਉਹ ਸੈਟਲਮੈਂਟ ਦੇ ਲਈ ਤੁਹਾਡੇ ਜਿਹੜੀ ਤੁਹਾਡਾ ਜਿਹੜਾ ਕ੍ਰਾਈਮਨਲ ਰਿਕਾਰਡ ਆ ਜਿਹੜਾ ਤੁਹਾਡਾ ਪੁਲਿਸ ਦੇ ਕੋਲ ਜਿਹੜਾ ਤੁਹਾਡਾ ਰੈਕਡ ਆ ਉਹ ਸਾਫ਼ ਸੁਥਰਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਐਂਡ ਤੁਹਾਨੂੰ ਇਹ ਸਮਝਣਾ ਪਊਗਾ ਇਨੀਸ਼ੀਅਲੀ ਜਦੋਂ ਤੁਸੀਂ ਉੱਥੇ ਪਹੁੰਚਦੇ ਹਾਂ ਅਸੀਂ ਉੱਥੇ ਜਾਂਦੇ ਹਾਂ ਤਾਂ ਸਾਨੂੰ ਸਿਰਫ ਤੇ ਸਿਰਫ ਅਸੀਂ ਆਪਦੇ ਵਾਰੀ ਸੋਚ ਰਹੇ ਹੁੰਨੇ ਆ ਜਾਂ ਉਸ ਸਮੇਂ ਬਾਰੇ ਹੀ ਸੋਚ ਰਹੇ ਹੁੰਨੇ ਆ ਅੱਗੇ ਦੀ ਨਹੀਂ ਸੋਚ ਕੇ ਚੱਲਦੇ ਤਾਂ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਨਾ ਕਿ ਤੁਹਾਨੂੰ ਸੋਚਣਾ ਪਊਗਾ ਕਿ ਗੱਲ ਸਿਰਫ ਵੀਜ਼ਾ ਲੱਗਣ ਤੇ ਖਤਮ ਨਹੀਂ ਹੋ ਜਾਂਦੀ ਵੀਜ਼ਾ ਲੱਗਣ ਤੇ ਗੱਲ ਸ਼ੁਰੂ ਹੁੰਦੀ ਆ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਪੜਨਾ ਆ ਵਰਕ ਪਰਮਿਟ ਲੈਣਾ ਸੈਟਲ ਹੋਣਾ ਪਰਮਨੈਂਟ ਰੈਜ਼ਿਡੈਂਸੀ ਪਾਉਣੀ ਆ ਐਂਡ ਪੀਆ ਪਾਉਣ ਦੇ ਲਈ ਤੁਹਾਨੂੰ ਪੁਲਿਸ ਕਲੀਅਰੈਂਸ ਦੀ ਲੋੜ ਪਊਗੀ ਜਿਹਦੇ ਨਾਲ ਤੁਸੀਂ ਧੋਖਾ ਕਰਕੇ ਜਾਓਗੇ ਉਹ ਚੁੱਪ ਕਰਕੇ ਤਾਂ ਬੈਠੂਗਾ ਨਹੀਂ ਉਹ ਕੋਈ ਨਾ ਕੋਈ ਹੱਥ ਪੱਲਾ ਤਾਂ ਜ਼ਰੂਰ ਮਾਰੂਗਾ ਹੁਣ ਜੇ ਤੁਸੀਂ ਮੈਰਿਜ ਫਰੌਡ ਦੇ ਵਿੱਚ ਤੁਹਾਡਾ ਜਿਹੜਾ ਉਹ ਤੁਹਾਡੇ ਤੇ ਪਰਚਾ ਦਰਜ ਹੁੰਦਾ ਜਾਂ ਤੁਹਾਡਾ ਤੁਹਾਡੇ ਤੇ ਐਫਆਈਆਰ ਦਰਜ ਹੁੰਦੀ ਆ ਤਾਂ ਉਹ ਬੋਲੂਗੀ ਜਦੋਂ ਤੁਸੀਂ ਪੀਸੀਸੀ ਕਲੀਅਰ ਕਰਵਾਉਗੇ ਨਹੀਂ ਹੋਊਗੀ ਕਲੀਅਰ ਫਿਰ ਉਸ ਤੋਂ ਬਾਅਦ ਫਿਰ ਪਰਮਨੈਂਟ ਰਾਈਡੈਂਸੀ ਪਾਉਣੀ ਔਖੀ ਹੋ ਜਾਊਗੀ ਮੈਂ ਤਾਂ ਸਿਰਫ ਇਹੀ ਕਹਿ ਸਕਦਾ ਕਿ ਜੇ ਤੁਸੀਂ ਕਮਿਟਮੈਂਟ ਕਰਕੇ ਗਏ ਹੋ ਜੇ ਤੁਸੀਂ ਵਿਆਹ ਕਰਵਾ ਕੇ ਕੈਨੇਡਾ ਗਏ ਹੋ ਤੇ ਵਿਆਹ ਦੀ ਜਿਹੜੀ ਤੁਹਾਡੀ ਆਪਸ ਦੀ ਇੱਕ ਇਨਸਾਨ ਦੀ ਕਮਿਟਮੈਂਟ ਨੂੰ ਜੇ ਤੁਹਾਡੇ ਲਈ ਮਾਇਨੇ ਨਹੀਂ ਰੱਖਦੀ ਤਾਂ ਇੱਕ ਚੀਜ਼ ਨੂੰ ਧਿਆਨ ਚ ਜ਼ਰੂਰ ਰੱਖ ਲਿਆ ਕਰੋ ਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਇੱਕ ਕਮਿਟਮੈਂਟ ਹੋਈ ਹੁੰਦੀ ਆ ਉਹਨੂੰ ਜ਼ਰੂਰ ਧਿਆਨ ਚ ਰੱਖ ਲਓ ਇਸ ਨਾਲ ਕਾਫੀ ਪ੍ਰੋਬਲਮਸ ਕ੍ਰੀਟ ਹੁੰਦੀਆਂ ਨੇ ਅੱਗੇ ਰੇਸ਼ਿਓ ਚੇਂਜ ਹੋ ਗਈ ਅੱਗੇ ਜਿਆਦਾ ਕੁੜੀਆਂ ਦੇ ਕੇਸ ਹੁੰਦੇ ਸੀ ਕਿ ਮੁੰਡਾ ਵਿਆਹ ਕਰਾ ਕੇ ਗਿਆ ਤੇ ਕੁੜੀ ਨੂੰ ਬੁਲਾਇਆ ਨਹੀਂ ਹੁਣ ਉਹ ਰੇਸ਼ਿਓ ਚੇਂਜ ਹੋ ਗਈ ਕੁੜੀਆਂ ਜਾਂਦੀਆਂ ਨੇ ਕਿਉਂਕਿ ਕਾਰਨ ਇਹ ਹੋ ਗਿਆ ਕਿ ਆਇਲਸ ਕਲੀਅਰ ਕਰਦੀਆਂ ਨੇ ਕੁੜੀਆਂ ਜਿਨ੍ਹਾਂ ਪੜਨ ਚ ਇੰਟੈਲੀਜੈਂਟ ਹੁੰਦੀਆਂ ਨੇ ਮੁੰਡਿਆਂ ਨਾਲੋਂ ਜਾ ਕੇ ਉਹ ਆਫ ਦਾ ਕੇਸ ਅਪਲਾਈ ਕਰਦੀਆਂ ਨੇ ਕੈਨੇਡਾ ਪਹੁੰਚ ਜਾਂਦੀਆਂ ਨੇ ਵਿਆਹ ਕਰਾ ਕੇ ਇੱਥੋਂ ਜਾਂਦੀਆਂ ਨੇ ਚਲੋ ਕੋਈ ਵੀ ਕਾਰਨ ਬਣਦਾ ਕਿ ਤੁਸੀਂ ਉੱਥੇ ਜਾ ਕੇ ਤੁਹਾਡੀ ਸੋਚ ਦਾ ਬਦਲਣਾ ਕਿਸ ਕਾਰਨ ਕਰਕੇ ਬਦਲਦੀ ਆਪਾਂ ਇਹ ਤਾਂ ਇੱਕ ਲੰਮੇ ਇਸ਼ੂ ਨੇ ਜਾਂ ਇਹ ਤਾਂ ਬੜੀ ਸਬਜੈਕਟਿਵ ਇਸ਼ੂ ਆ ਇਹਦੇ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਜੋ ਵੀ ਅਗਲਾ ਫੈਸਲਾ ਤੁਸੀਂ ਲੈਣਾ ਨਾਲ ਨਹੀਂ ਰਹਿਣਾ ਉਹ ਉੱਥੇ ਪਹੁੰਚ ਕੇ ਮੁੰਡੇ ਦੇ ਉੱਥੇ ਪਹੁੰਚਣ ਤੋਂ ਬਾਅਦ ਮਿਊਚੁਅਲੀ ਬੈਠ ਕੇ ਹੋਣਾ ਚਾਹੀਦਾ ਇਹ ਨਹੀਂ ਹੈ ਕਿ ਉਹਦਾ ਫੋਨ ਚੱਕਣਾ ਬੰਦ ਕਰ ਦਿਓ ਉਹਦੇ ਨਾਲ ਗੱਲਬਾਤ ਕਰਨੀ ਬੰਦ ਕਰ ਦਿਓ ਕਿਸੇ ਨੇ ਆਪਦਾ ਘਰ ਮੂਦਾ ਕੀਤਾ ਹੁੰਦਾ ਤੁਹਾਡੇ ਤੇ ਤੁਹਾਨੂੰ ਉੱਥੇ ਪਹੁੰਚਦਾ ਕਰਨ ਦੇ ਲਈ ਉਹਦੀਆਂ 3600 ਪਲੈਨਿੰਗਸ ਹੁੰਦੀਆਂ ਨੇ ਕਿ ਚਲੋ ਵਿਆਹ ਹੋ ਗਿਆ ਸੈਟਲ ਹੋ ਜਾਗੇ ਫੈਮਲੀ ਵਧੀਆ ਤਰੀਕੇ ਨਾਲ ਚੱਲੂਗੀ ਆਫ ਦਾ ਘਰ-ਬਾਰ ਵਧੀਆ ਬਣਾ ਲਾਂਗੇ ਤੇ ਤੁਹਾਨੂੰ ਇਸ ਚੀਜ਼ ਨੂੰ ਸਮਝਣਾ ਪਊਗਾ ਕਿ ਬੰਦਾ ਫਿਊਚਰ ਪਲਾਨ ਕਰਦਾ ਜਦੋਂ ਵਿਆਹ ਹੁੰਦਾ ਤਾਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਆਪਾਂ ਕੋਈ ਵੀ ਕਦਮ ਚੱਕਣਾ ਮੈਂ ਆਪਦੇ ਵੀਰ ਭੈਣਾ ਜਿਹੜੇ ਮੇਰੇ ਤੋਂ ਛੋਟੇ ਨੇ ਜਦੋਂ ਉਹ ਵਿਆਹ ਕਰਾ ਕੇ ਕੈਨੇਡਾ ਜਾਂਦੇ ਨੇ ਜਿਨ੍ਹਾਂ ਦਾ ਜਿਨ੍ਹਾਂ ਨੇ ਆਫ ਦੇ ਸਪਾਊਸ ਬਾਹਰ ਤੋਰਨੇ ਨੇ ਜਾਂ ਜਿਹੜੇ ਬੱਚੇ ਜਿਹੜੇ ਕੈਨੇਡੀਟਸ ਸਟੂਡੈਂਟ ਵੀਜ਼ਾ ਲਵਾ ਕੇ ਮੈਰਿਡ ਨੇ ਬਾਹਰ ਜਾਣਗੇ ਤਾਂ ਉਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਚ ਰੱਖਣਾ ਕਿ ਜੋ ਵੀ ਫੈਸਲਾ ਹੋਣਾ ਨਾਲ ਰਹਿਣਾ ਨਹੀਂ ਰਹਿਣਾ ਉਹ ਤੁਹਾਡਾ ਜਿਹੜਾ ਸਪਾਊਸ ਆ ਜਿਹੜਾ ਤੁਹਾਡੀ ਇਧਰ ਵੇਟ ਚਾ ਉਹਦੇ ਉੱਥੇ ਪਹੁੰਚਣ ਤੋਂ ਬਾਅਦ ਬਾਅਦ ਮਿਊਚੁਅਲੀ ਬੈਠ ਕੇ ਕੀਤਾ ਜਾਵੇ ਓਨਾ ਚਿਰ ਕੋਈ ਵੀ ਸਟੈਪ ਨਾ ਚੱਕੋ ਤੁਹਾਡੇ ਲਈ ਵੀ ਹਾਨੀਕਾਰਕਾ ਤੁਹਾਡੇ ਲਈ ਵੀ ਮਾੜਾ ਤੇ ਜਿਹੜਾ ਇਧਰ ਬੱਚਾ ਜੀ ਨੇ ਸੁਪਨੇ ਸੰਜੋਏ ਨੇ ਤੁਹਾਡੇ ਤੇ ਪੈਸੇ ਖਰਚੇ ਨੇ ਉਹਦੇ ਲਈ ਤਾਂ ਮਾੜਾ ਹੈ ਹੀ ਹੈ ਇਹਨਾਂ ਕਹਿੰਦਾ ਖਿਮਾ ਦਾ ਜੱਜ ਕਾਂ ਜੀ ਅੰਤ ਵਿੱਚ ਫਿਰ ਦੱਸ ਦੇਣਾ ਚਾਹੁੰਦਾ ਕਿ 12 ਫਰਵਰੀ ਦਿਨ ਮੰਗਲਵਾਰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਮਹਾਲੀ ਆਫਿਸ ਬੈਠੂੰਗਾ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਪਲੀਜ਼ ਆਪਦੇ ਸਾਰੇ ਜ਼ਰੂਰੀ ਦਸਤਾਵੇਜ਼ ਨਾਲ ਲੈ ਕੇ ਆਇਓ ਧੰਨਵਾਦ